थाना गेट कीमा दे विच एक मुकदमा नंबर 136 जिहड़ा वा 3724 दा दर्ज होया सीगा, जिस दे विच एक नाबालिग लड़की जिहड़ी आ ओह गुम हुई सीगी ते उस दे पिता दे बयान दे उत्ते इह मुकदमा दर्ज होया सीगा, जिस ते काम करदिआं साडे ACP सेंट्रल अते थाणा गेट कीमा दे इंचार्ज साहिबान ने इस नूं ट्रेस करके इस दे विच 3 बंदिआं दी अरैसट पाई है। ये किरण देवी, राज कौर ते नवजोत कौर गौरा, इन्हां दी जिहड़ी इस मुकदमे च अरैसट हुई है। इस दे विच जिहड़ी वेखण वाली गल जिहड़ी सामने आई है उस दे विच इह आ वी इह लड़की जिहड़ी आ इह दो राज कौर ते नवजोत कौर गौरा वल्लों जिहड़ी आ इह लड़की इत्थों मिस कराई गई, मिस करा के किरण देवी अते दिव्या इह अबोहर फाजिलका दे रहण वालियां ने, इह लड़की जिहड़ी आ उहनां नूं हैंडओवर कीती गई। उस उन्हां नूं हैंडओवर करन तों बाद इह लड़की अगे हैप्पी पुत्तर विजय कुमार जिहड़ा वा उस नूं जिहड़ी आ 1,00,000 रुपये दे विच इस नूं सेल कीता गया। यह सारी जिहड़ी तफ्तीश नूं अनअर्थ करके इस दे विच जिहड़े 3 दोषियां दी जिहड़ी अरैसट की गई है, जिहड़ी गुम लड़की सीगी उस नूं इस दे विच बरामद किया गया वा ते इस दे विच जिहड़े 2 दोषी आ उन्हां नूं अरैसट करन दे लई साडियां टीमां जिहड़ियां आलरेडी गईआं होईआं ने। इह जिहड़ी आ उहदे रिश्ते दे विच जिहड़ियां 2 अरैसट कीतियां ने वो चाची भतीजी लगदियां ने, इन्हां दियां ने शरीके दे विच होईआं, उन्हां नूं इस लड़की नूं जिहड़ा वा इह मिस करा के ते इह आलरेडी जिहड़ियां फाजिलका अबोहर वालियां 2 लेडीज़ ने उन्हां नूं हैंडओवर कीता अगे वेचण दे लई। सर किन्ने पैसे विच बेची गई है? इह कुल 1,00,000 रुपये दे विच सौदा है। पुलिस जांच तों पता लग्गिआ इन्हां दी पुछगिछ कर रहे हैं। जिहड़ी मेन इहदे विच हैगी आ दिव्या जिहड़ी आ उसनूं अरैसट करना इस दे विच बाकी है, उसनूं अरैसट करन दे लई साडी टीम गई हुई है, अरैसट हो जाएगी इस चीज़ दा वी जिहड़ा वा उस दे विच खुलासा। कारण की रिहा जी, क्यों इहदे वल्लों वेचे गया जी? कारण 1,00,000 रुपया जिहड़ा वा इस दे विच जिस बंदे नूं वेचिआ गिआ वा उह बंदा वी अजे अरैसट करन वाला रहिंदा, पर 1,00,000 रुपये दे विच इहनां दी डील होई, 1,00,000 रुपये दे विच इहनां चारां जणां ने आपस दे विच पैसे वंडे ने। सर किन्ना सोना 1,00,000 रुपये अरैसट लई है जी? इहनां नाल वंडिआ वा ਵਿਆਹ ਕਰਾਉਣਾ ਸੀ ਜਾਂ ਫਿਰ ਕੋਈ ਕੀ ਕਰਾਉਣਾ ਹੈ? ਨਹੀਂ, ਇਸ ਮਨਸ਼ਾ ਵੇਖੋ, ਜਿਸ ਬੰਦੇ ਨੂੰ ਦਿੱਤੀ ਆ ਉਸਨੂੰ ਵੇਚ ਕੇ ਜਿਹੜਾ ਵਾ ਉਸ ਨਾਲ ਉਸਨੂੰ ਲੜਕੀ ਜਿਹੜੀ ਆ ਇਹ ਜਿਹੜਾ ਆਪਣਾ ਹੈਪੀ ਪੁੱਤਰ ਵਿਜੇ ਆ ਜਦੋਂ ਇਹ ਫੜਿਆ ਜਾਵੇਗਾ ਇਸਦੀ ਮਨਸ਼ਾ ਉਸ ਤੋਂ ਬਾਅਦ ਕਲੀਅਰ ਹੋਏਗੀ। ਸਾਨੂੰ ਲੜਕੀ ਨੇ ਜੋ ਦੱਸਿਆ ਉਸਦੇ ਮੁਤਾਬਕ ਉਹਦੀਆਂ ਜਿਹੜੀਆਂ ਅਦਾਲਤ ਦੇ ਵਿੱਚ ਸਾਡੇ ਵੱਲੋਂ ਸਟੇਟਮੈਂਟਸ ਕਰਾ ਦਿੱਤੀਆਂ ਗਈਆਂ ਨੇ, ਉਸ ਤੋਂ ਹੀ ਇਹ ਗੱਲ ਸਾਹਮਣੇ ਆਈ ਹੈ ਵੀ ਇਹ ਜਿਹੜੀ ਆ ਇਸ ਤਰੀਕੇ ਦੇ ਨਾਲ ਜਦੋਂ ਦੋਸ਼ੀ ਫੜੇ ਗਏ ਪਲੱਸ ਜਿਹੜੀ ਲੜਕੀ ਜਿਹੜੀ ਆ ਬਰਾਮਦ ਕੀਤੀ ਗਈ ਉਸਦੀਆਂ ਜਦੋਂ ਸਟੇਟਮੈਂਟਸ ਕਰਾਈਆਂ ਗਈਆਂ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਵੀ ਇਹ ਜਿਹੜਾ ਇੱਕ ਮਨੁੱਖੀ ਤਸਕਰੀ ਦਾ ਜਿਹੜਾ ਵਾ ਰੈਕਟ ਆ ਜਿਹੜਾ ਚੱਲ ਰਿਹਾ ਸੀਗਾ ਜਿਸ ਨੂੰ ਅਸੀਂ ਅਨਰਥ ਕੀਤਾ। ਇਸ ਦੇ ਵਿੱਚ ਅਸੀਂ ਤਸਦੀਕ ਕਰ ਰਹੇ ਹਾਂ, ਜੇ ਕੋਈ ਸਾਹਮਣੇ ਆਉਣਗੇ ਤਾਂ ਉਹਨਾਂ ਦੀ ਵੀ ਬਰਾਮਦਗੀ ਕੀਤੀ ਜਾਵੇ। ਇਸ ਨੂੰ ਅਸੀਂ ਤਸਦੀਕ ਕਰ ਰਹੇ ਹਾਂ ਜੇ ਪ੍ਰੀਲਿਮਿਨਰੀ, ਕਿਉਂਕਿ ਜਿਸ ਬੰਦੇ ਨੂੰ ਵੇਚਿਆ ਗਿਆ ਉਸਦੀ ਅਜੇ ਅਰੈਸਟ ਬਾਕੀ ਹੈ, ਉਸਦੀ ਮੰਸ਼ਾ ਜਿਹੜੀ ਆ ਜਾਂ ਉਸ ਨੂੰ ਕਿਉਂਕਿ ਇਹਨਾਂ ਦੀ ਜਿਹੜੀ ਮੇਨ ਮੰਸ਼ਾ ਇਹਨਾਂ ਦੀ ਤਾਂ ਪੈਸੇ ਲੈਣ ਦੀ ਸੀਗੀ, ਇਹਨਾਂ 1,00,000 ਰੁਪਏ ਦੇ ਵਿੱਚ ਸੌਦਾ ਕਰ ਲਿਆ, ਪਰ ਜਿਹੜੀ ਅਗਲੇ ਦੀ ਮੰਸ਼ਾ ਸੀਗੀ ਉਹ ਜਦੋਂ ਉਹ ਅਰੈਸਟ ਹੋ ਜਾਂਦਾ ਹੈ ਉਸ ਤੋਂ ਬਾਅਦ ਹੀ ਕਲੀਅਰ ਹੋਏਗੀ। ਬੱਚੇ ਦੀ ਉਮਰ ਕਿੰਨੀ ਸੀ? ਇਹ ਨਾਬਾਲਗ ਹੈ ਜੀ। ਸਰ ਤੁਸੀਂ ਸਰ ਗੁੰਮਸ਼ੁਦਗੀ ਪਹਿਲੇ ਕਰਾਈ ਗਈ? ਪਹਿਲੇ ਨਹੀਂ, ਰਿਪੋਰਟ ਨਹੀਂ, ਇਹਦੇ 'ਚ ਮੁਕੱਦਮਾ ਦਰਜ ਹੋਇਆ 7ਵੇਂ ਮਹੀਨੇ, 136 ਨੰਬਰ ਮੁਕੱਦਮਾ 3724 ਦਾ ਜਿਹੜਾ ਵਾ ਇਹ ਦਰਜ ਹੋਇਆ ਵਾ, ਉਸ ਤੋਂ ਬਾਅਦ ਇਹ ਪਾਰਟ ਆਫ ਇਨਵੈਸਟੀਗੇਸ਼ਨ ਦੱਸਿਆ, ਮੇਨ ਜਿਹੜੀ ਆ ਉਹ ਇੱਕ ਜਿਹੜੀ ਲੇਡੀ ਅਰੈਸਟ ਕਰਨ ਵਾਲੀ ਰਹਿੰਦੀ, ਉਸ ਤੋਂ ਬਾਅਦ ਇਹ ਸਾਰੀ ਜਿਹੜੀ ਕਹਾਣੀ ਕਲੀਅਰ ਹੋ ਜਾਏਗੀ। ਇਹ ਇਕੱਠੀਆਂ ਹੋਈਆਂ ਇੱਕ ਥਾਂ ਦੇ ਉੱਤੇ ਤੇ ਉੱਥੋਂ ਇਹਨਾਂ ਜਿਹੜੀ ਲੜਕੀ ਹੈ ਹੈਂਡਓਵਰ ਕੀਤੀ ਇਹਨਾਂ ਨੂੰ। ਇਹ ਲਿੰਕ ਜੇ ਇਨਵੈਸਟੀਗੇਟ ਕਰ ਰਹੇ ਹਾਂ ਇਸ ਚੀਜ਼ ਨੂੰ, ਇਹ ਜਿਹੜਾ ਨੈਟਵਰਕ ਆ ਇਹ ਪਹਿਲਾਂ ਕਿੰਨਾ ਚੱਲਦਾ ਸੀਗਾ, ਪਹਿਲਾਂ ਕੋਈ ਤਾਂ ਇਹਨਾਂ ਤਸਕਰੀ ਕੀਤੀ ਕਿ ਨਹੀਂ ਕੀਤੀ, ਪਹਿਲਾਂ ਕਿਸ ਕੋਲ ਪੈਸੇ ਲਏ ਆ, ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਜੇ ਹੋਰ ਵੀ ਇਹਦੇ ਵਿੱਚ ਬੱਚੇ ਜਾਂ ਬੱਚੀਆਂ ਆਉਣਗੀਆਂ ਸਾਹਮਣੇ ਤਾਂ ਉਹ ਅਸੀਂ ਤੁਹਾਡੇ ਨਾਲ ਨਸ਼ਰ ਕਰਾਂਗੇ। ਕਾਫੀ ਸਮਾਂ ਲੜਕੀ ਇੱਥੋਂ ਦੂਰ ਰਹੀ ਆ, ਉਸ ਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਸਾਡੇ ਵੱਲੋਂ ਕਰਨੀ ਬਣਦੀ ਸੀਗੀ, ਜੋ ਉਹਦੀਆਂ ਸਟੇਟਮੈਂਟਸ ਕਰਾਉਣੀਆਂ ਬਣਦੀਆਂ ਸੀਗੀਆਂ, ਜੋ ਸਭ ਸਾਡੇ ਕੋਲ ਜਾਬਤੇ ਅਨੁਸਾਰ ਕੰਮ ਕਰਨਾ ਬਣਦਾ ਸੀਗਾ, ਉਹ ਸਾਡੇ ਵੱਲੋਂ ਜਿਹੜਾ ਵਾ ਸਾਡੀ ਪੁਲਿਸ ਪਾਰਟੀ ਵੱਲੋਂ ਕੀਤਾ ਗਿਆ। ਸਰ ਅਬੋਹਰ ਦੇ ਵਿੱਚ ਕੋਈ ਅੱਡਾ ਫੜਿਆ ਗਿਆ ਕੁੜੀ ਨੂੰ ਬਰਾਮਦ ਕੀਤਾ? ਨਹੀਂ, ਉਹਦੇ ਵਿੱਚ ਜਿਹੜਾ ਮੇਨ ਅਰੈਸਟ ਜਿਹੜੀ ਆ ਉਹ ਕਰ ਲਈ ਹੈ, ਜਿਹੜੀ ਇੱਕ ਲੜਕੀ ਲੇਡੀ ਜਿਹੜੀ ਆ ਉਹ ਅਰੈਸਟ ਕਰ ਲਈ ਹੈ, ਦੂਸਰੀ ਅਜੇ ਬਾਕੀ ਹੈ, ਉਹ ਅਰੈਸਟ ਕਰਨ ਤੋਂ ਬਾਅਦ ਜਿਹੜੀ ਸਾਰੀ ਕਹਾਣੀ ਜਿਹੜੀ ਪਿਕਚਰ ਕਲੀਅਰ ਹੋ ਜਾਵੇਗੀ। ਠੀਕ ਹੈ।